ਭਾਈ ਵੀਰ ਸਿੰਘ ਜੀ ਆਪਣੀ ਲਿਖਤ ਦੇ ਵਿੱਚ ਇੱਕ ਹੱਡ ਬੀਤੀ ਲਿਖਦੇ ਨੇ। ਆਪਨੇ ਕਿਤੇ ਪਹਿਲੇ ਸੁਣੀ ਵੀ ਹੋਏਗੀ। ਇੱਕ ਜੱਟ ਜ਼ਿਮੀਂਦਾਰ ਹਲ ਵਾਹੁੰਦਾ ਪਿਆ ਆਪਣੇ ਖੇਤਾਂ ਦੇ ਵਿੱਚ। ਉਧਰੋਂ ਇੱਕ ਮਹਾਂਪੁਰਖ ਚਿੱਟੇ ਚਿੱਟੇ ਬਸਤਰ ਪਾਏ, ਰੂਹਾਨੀ ਚਿਹਰਾ, ਗੁਰੂ ਗੁਰੂ ਜਪਦਾ ਹੋਇਆ ਆਇਆ ਤੇ ਉਹਦੇ ਖੂਹ ਤੇ ਆ ਕੇ ਬਹਿ ਗਿਆ। ਉਸ ਜੱਟ ਜ਼ਿਮੀਂਦਾਰ ਨੇ ਵੇਖਿਆ ਵੀ ਮੇਰੇ ਖੂਹ ਤੇ ਕੋਈ ਮਹਾਂਪੁਰਖ ਬੈਠੇ, ਹਲ ਹੁਲ ਛੱਡੇ ਦੌੜ ਕੇ ਕੋਲ ਆ ਗਏ। ਕਹਿੰਦੇ ਸੰਤ ਜੀ ਜੀ ਆਇਆ, ਜੀ ਆਇਆ, ਦੱਸੋ ਕੀ ਸੇਵਾ ਕਰ। ਉਹ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਪਿਆਸ ਲੱਗੀ ਹੈ ਜਲ ਛਕਾ ਦੇ। ਕਹਿੰਦੇ ਜੀ 7 ਵਜੇ ਛੰਨਾ ਲੈਣ ਵਾਸਤੇ ਦੌੜਿਆ ਕਿ ਛੰਨੇ ਦੇ ਵਿੱਚ ਸਾਫ ਜਲ ਪਾ ਕੇ ਛਕਾਵਾਂ। ਜਦੋਂ ਛੰਨਾ ਲੈ ਕੇ ਆਇਆ ਮਨ ਦੇ 'ਚ ਇੱਕ ਸ਼ੁਭ ਖਿਆਲ ਆ ਗਿਆ, ਸ਼ੁਭ ਖਿਆਲ। ਕਹਿੰਦੇ ਮਨਾ ਮੇਰਿਆ, ਗਾਂ ਤੇਰੇ ਕੋਲ ਹੈ, ਪਾਣੀ ਤੇਰੇ ਕੋਲ, ਕਿਉਂ ਨਾ ਹੋਵੇ ਚਾਰ ਧਾਰਾਂ ਚੋ ਕੇ ਦੁੱਧ ਦੀਆਂ ਵਿੱਚ ਪਾਣੀ ਪਾ ਕੇ ਕੱਚੀ ਲੱਸੀ ਮਹਾਂਪੁਰਖਾਂ ਨੂੰ ਛਕਾਈ। ਫੋਕਾ ਜਲ ਕਾਹਨੂੰ ਛਕਾਉਣਾ, ਤੇਰਾ ਕਿਹੜਾ ਮੁੱਲ ਲੱਗਣ ਲੱਗਾ। ਕੋਈ ਗੜਵਾ ਲੈ ਲਿਆ ਵੱਡਾ, ਚਾਰ ਧਾਰਾਂ ਪਾਈਆਂ ਦੁੱਧ ਦੀਆਂ, ਪਾਣੀ ਪਾਇਆ, ਕੱਚੀ ਲੱਸੀ ਬਣਾਈ ਤੇ ਲੈ ਗਿਆ ਮਹਾਂਪੁਰਖਾਂ ਛੰਨੇ 'ਚ। ਜਦੋਂ ਪਾਇਆ ਨਾ, ਕਹਿੰਦੇ ਮਹਾਰਾਜ ਆਪ ਜੀ ਸ਼ੱਕ। ਮਹਾਂਪੁਰਖ ਵੇਖ ਕੇ ਹੈਰਾਨ ਹੋ ਗਏ, ਕਹਿੰਦੇ ਮੈਂ ਤਾਂ ਸਾਦਾ ਜਲ ਮੰਗਿਆ ਸੀ। ਕਹਿੰਦੇ ਮਹਾਰਾਜ ਮੈਂ ਕਿਹੜਾ ਕੁਝ ਬਾਹਰੋਂ ਕੋਈ ਲੈ ਕੇ ਆਇਆ, ਜੋ ਕੁਝ ਮੇਰੇ ਕੋਲ ਸੀ ਉਹ ਕੁਝ ਦਿੱਤਾ, ਮੈਂ ਬਾਹਰੋਂ ਕੋਈ ਖੇਚਲ ਨਹੀਂ ਕੀਤੀ। ਗਾਂ ਮੇਰੇ ਕੋਲ ਸੀ, ਚਾਰ ਧਾਰਾਂ ਪਾਈਆਂ, ਪਾਣੀ ਮੇਰੇ ਕੋਲ ਸੀ, ਉਹ ਪਾਣੀ ਪਾਇਆ ਦੁੱਧ ਦੇ ਵਿੱਚ, ਕੱਚੀ ਲੱਸੀ ਬਣ ਗਈ, ਮੈਂ ਕਿਹੜੀ ਉਚੇਚ ਕੀਤੀ ਹੈ। ਆਪ ਜੀ ਆਏ ਹੋ ਐਡਾ ਸਫ਼ਰ ਤੈਅ ਕਰਕੇ, ਪਤਾ ਨਹੀਂ ਕਿੱਥੋਂ ਆਏ ਕਿੱਥੇ ਜਾਣ, ਥੋੜ੍ਹਾ ਆਧਾਰ ਹੋ ਜਾਏ। ਮਹਾਂਪੁਰਖਾਂ ਨੇ ਫਿਰ ਕਿਹਾ, ਕਹਿੰਦੇ ਉਚੇਚ ਕੀਤੀ ਆ। ਕਹਿੰਦਾ ਨਹੀਂ ਮਹਾਰਾਜ, ਜੋ ਕੁਝ ਮੇਰੇ ਕੋਲ ਸੀ ਉਹ ਕੁਝ ਹੀ ਮੈਂ ਦਿੱਤਾ। ਦੋ ਤਿੰਨ ਵਾਰੀ ਜਦੋਂ ਆ ਗੱਲ ਕਹਿਤੀ ਨਾ, ਜੋ ਕੁਝ ਮੇਰੇ ਕੋਲ ਸੀ ਉਹ ਕੁਝ ਦਿੱਤਾ। ਮਹਾਂਪੁਰਖਾਂ ਨੇ ਕੱਚੀ ਲੱਸੀ ਛੱਗੀ ਤੇ ਪਿਆਰ 'ਚ ਜਾ ਕੇ ਕਹਿਣ ਲੱਗੇ, ਕਹਿੰਦੇ ਬਹਿ ਇੱਥੇ, ਬਹਿ ਜਾ ਇੱਥੇ। ਉਹ ਜ਼ਿਮੀਂਦਾਰ ਕੋਲ ਬਹਿ ਗਿਆ, ਕਹਿੰਦੇ ਸੱਜਣਾ ਜੋ ਕੁਝ ਤੇਰੇ ਕੋਲ ਸੀ ਉਹ ਤੂੰ ਮੈਨੂੰ ਦਿੱਤਾ। ਕਹਿੰਦਾ ਜੀ ਮਾ। ਕਹਿੰਦਾ ਲੈ ਬਈ, ਜੋ ਕੁਝ ਸਾਡੇ ਕੋਲ ਹੈ ਉਹ ਅਸੀਂ ਤੈਨੂੰ ਦੇਣ ਲੱਗੇ ਹਾਂ, ਤੋ ਸਤਨਾਮ। ਜੋ ਕੁਝ ਤੇਰੇ ਕੋਲ ਸੀ ਉਹ ਤੂੰ ਸਾਨੂੰ ਦਿੱਤਾ, ਤੇ ਜੋ ਕੁਝ ਸਾਡੇ ਕੋਲ ਹੈ ਉਹ ਅਸੀਂ ਤੈਨੂੰ ਦੇਣ ਲੱਗੇ। ਤੋ ਕਹਿੰਦਾ ਮਹਾਰਾਜ ਆਪ ਜੀਆਂ ਨੇ ਕੀ ਦੇਣਾ, ਆਪ ਜੀਆਂ ਨੇ ਕੀ ਦੇਣਾ, ਵੇਖਿਆ ਹੱਥ ਖਾਲੀ ਹੈ, ਕੋਈ ਝੋਲਾ ਨਹੀਂ, ਕੋਈ ਕੁਝ ਨਹੀਂ, ਤੇ ਆਪ ਜੀਆਂ ਨੇ ਕੀ ਵੇਚ ਦੇਣਾ। ਮਹਾਂਪੁਰਖ ਕਹਿਣ ਲੱਗੇ, ਤੇਰਾ ਕੋਲ ਸਿਰ ਤੇ ਹੱਥ ਰੱਖਿਆ, ਕਹਿੰਦੇ ਬੋਲ ਵਾਹਿਗੁਰੂ। ਜਦੋਂ ਉੱਚੀ ਸਾਰੀ ਬੋਲਿਆ ਨਾ ਬੋਲ ਵਾਹਿਗੁਰੂ, ਉਹਨੇ ਉੱਚੀ ਬੋਲਿਆ ਵਾਹਿਗੁਰੂ, ਕਹਿੰਦੇ ਫਿਰ ਬੋਲ ਵਾਹਿਗੁਰੂ, ਉਹਨੇ ਫਿਰ ਕਿਹਾ ਵਾਹਿਗੁਰੂ, ਫਿਰ ਬੋਲ ਵਾਹਿਗੁਰੂ, ਵਾਹਿਗੁਰੂ 5 ਵਾਰੀ ਵਾਹਿਗੁਰੂ ਕਵਾ ਕੇ ਸਾਧ ਸੰਗਤ ਕਹਿੰਦੇ ਜਾ, ਤੇਰੀ ਹੱਟੀ ਖਾਲੀ ਸੀ, ਤੇਰੇ ਕੋਲ ਜੋ ਸੀ ਤੂੰ ਦਿੱਤਾ, ਜੋ ਸਾਡੀ ਹੱਟੀ ਵਿੱਚ ਸੀ
ਨਾਮ ਧਨ ਤੇਰੀ ਹੱਟੀ ਖਾਲੀ ਸੀ ਜਾਂ ਤੇਰੀ ਹੱਟੀ ਦੇ ਚ ਨਾਮ ਧਨ ਦੀ ਰਾਸ ਪਾਈ ਆ? ਖੋ ਸਤਨਾਮ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਜਾ ਤੇਰੀ ਹੱਟੀ ਚ ਰਾਸ ਪਾਈ, ਹੁਣ ਵੇਖੀ ਇਹ ਰਾਸ ਘਟਾਈ ਨਾ, ਹੁਣ ਜਪਦਾ ਚਲਾ ਜਾ, ਜਪਦਾ ਚਲਾ ਜਾ। ਸੰਤ ਦਾ ਦਿੱਤਾ ਨਾਮ ਸੀ, ਕਮਾਇਆ ਹੋਇਆ ਨਾਮ ਸੀ, ਇੱਕੋ ਘੜੀ ਦਿੱਤੀ ਸੀ ਰਾਜੇ ਜਨਕ ਨੇ, ਨਰਕਾਂ ਦੇ ਨਰਕ ਖਾਲੀ ਕਰਾ ਦਿੱਤੇ ਸਨ। ਸੰਤ ਦਾ ਜਪਿਆ ਨਾਮ ਸੀ। ਪਿਛਲੇ ਦੀਵਾਨਾਂ 'ਚ ਆਪਨੇ ਸੁਣਿਆ ਹੀ ਹੈ, ਭਾਈ ਗੁਰਦਾਸ ਜੀ ਦੀ ਵਾਰ ਹੈ, ਨਰਕ ਕੁੰਭੀ ਨਰਕ ਖਾਲੀ ਕਰਾ ਕੇ ਰੱਖ ਦਿੱਤੇ ਉਹ ਸੰਤ ਦੇ ਨਾਮ ਨੇ, ਸੰਤ ਦਾ ਜਪਿਆ ਨਾਮ ਸੀ। ਕਹਿੰਦੇ ਜਦੋਂ ਪੰਜ ਵਾਰੀ ਵਾਹਿਗੁਰੂ ਕਿਹਾ, ਸਰੀਰ ਦੇ ਰੋਮ ਰੋਮ ਵਿੱਚੋਂ ਵਾਹਿਗੁਰੂ ਦੀ ਆਵਾਜ਼ ਸ਼ੁਰੂ ਹੋ ਗਈ, ਅੰਦਰਲੇ ਨੇ ਜਪਣਾ ਸ਼ੁਰੂ ਕਰ ਦਿੱਤਾ, ਖੂਨ ਦੀ ਜਿਹੜੀ ਸਰਕੂਲੇਸ਼ਨ ਹੈ, ਜਿਹੜਾ ਖੂਨ ਦਾ ਦੌਰਾ, ਉਹਦੇ ਵਿੱਚੋਂ ਨਾਮ ਤੁਰ ਪਿਆ। ਆਖੋ ਸਤਨਾਮ। ਫਿਰ ਕੀ ਸੀ? ਮਹਾਂਪੁਰਖਾਂ ਨੇ ਅਸੀਸ ਦਿੱਤੀ, ਤੁਰ ਪਏ। ਇਹ ਜ਼ਿਮੀਦਾਰ ਹੱਲ ਵਾਹੁੰਦਾ ਤਾਂ ਵਾਹਿਗੁਰੂ, ਬੀਜ ਪਾਉਂਦਾ ਤਾਂ ਵਾਹਿਗੁਰੂ, ਕੋਈ ਕੰਮ ਕਰਦਾ ਸਾਧ ਸੰਗਤ ਵਾਹਿਗੁਰੂ, ਬਸ ਵਾਹਿਗੁਰੂ ਤੋਂ ਸਿਵਾ ਹੁਣ ਕੁਝ ਵੀ ਨਹੀਂ ਹੈ। ਇਹਦੀ ਰਸਨਾ 'ਤੇ ਕੁਝ ਵੀ ਨਹੀਂ ਹੈ, ਨਾ ਇਹਦੀ ਰਸਨਾ 'ਤੇ ਕੁਝ ਹੋਰ, ਨਾ ਇਹਦੇ ਹਿਰਦੇ 'ਚ ਕੁਝ ਹੋਰ, ਨਾ ਇਹਦੇ ਖੂਨ ਦੇ ਦੌਰੇ 'ਚ ਕੁਝ ਹੋਰ, ਨਾ ਇਹਦੇ ਰੋਮ ਰੋਮ 'ਚ ਕੁਝ ਹੋਰ, ਕੇਵਲ ਵਾਹਿਗੁਰੂ ਹੀ ਵਾਹਿਗੁਰੂ ਆ। ਸਤਨਾਮ। ਇੰਨਾ ਜਪਿਆ, ਇੰਨਾ ਜਪਿਆ, ਇਹਦੀ ਰਸਨਾ ਸਿੱਧ ਹੋ ਗਈ। ਇਹ ਭਾਈ ਵੀਰ ਸਿੰਘ ਜੀ ਨੇ ਲਿਖਤ ਲਿਖੀ ਹੈ, ਇਹਦੀ ਰਸਨਾ ਸਿੱਧ ਹੋ ਗਈ। ਸਤਸੰਗ, ਜੋ ਇਹ ਬੋਲਿਆ ਕਰੇ, ਜੋ ਇਹ ਬੋਲਿਆ ਕਰੇ, ਇਹਦਾ ਬੋਲਿਆ ਸੱਤ ਹੋ ਜਾਵੇ, ਦੂਰ ਦੂਰ ਤੱਕ ਇਹਦੇ ਨਾਮ ਦੇ ਡੰਕੇ ਵੱਜਣੇ ਸ਼ੁਰੂ ਹੋ ਗਏ। ਸਿਰੇ ਦੀ ਇਹਦੇ ਕੋਲ ਨਿਮਰਤਾ ਸੀ, ਸਿਰੇ ਦਾ ਨਾਮ ਸੀ, ਸਿਰੇ ਦੀ ਹੁਣ ਸਿੱਧੀ ਪ੍ਰਾਪਤ ਕਰ ਲਈ। ਆਖੋ ਸਤਨਾਮ। ਇਹ ਨਾਮ ਜਿਹੜਾ ਜਪੇਗਾ, ਸਿੱਧੀਆਂ ਰਿੱਧੀਆਂ ਉਹਦੇ ਮਗਰਿਆਂ ਮਗਰੇ ਹੀ ਨੇ, ਦੂਰ ਦੂਰ ਤੱਕ ਇਹਦੀ ਸ਼ੋਅ ਫੈਲਣੀ ਸ਼ੁਰੂ ਹੋਈ। ਅਤੇ ਭਾਈ ਵੀਰ ਸਿੰਘ ਨੇ ਲਿਖਿਆ, ਹਰਿਦੁਆਰ ਨਿਰਮਲੇ ਧਰਮ ਦੇ ਜਿਹੜੇ ਮਹਾਂਪੁਰਖ ਸਨ, ਸੰਤ ਈਸ਼ਰ ਸਿੰਘ ਜੀ, ਬਹੁਤ ਉੱਚੀ ਸਾਧ ਸੰਗਤ ਇਹਨਾਂ ਦੀ ਅਵਸਥਾ ਸੀ, ਬਹੁਤ ਉੱਚੀ ਅਵਸਥਾ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇੱਦਾਂ ਇੱਕ ਜੱਟ ਜ਼ਿਮੀਦਾਰ 'ਤੇ, ਪੰਜਾਬ ਦੇ ਜੱਟ ਜ਼ਿਮੀਦਾਰ 'ਤੇ ਇਹੋ ਜਿਹੀ ਕਿਰਪਾ ਹੋਈ, ਬੜੀਆਂ ਉਹਦੀਆਂ ਖਬਰਾਂ ਸੁਣ ਰਹੇ ਹਾਂ, ਚਲੋ ਮਿਲ ਕੇ ਆਈਏ, ਵੇਖੀਏ ਤਾਂ ਸਹੀ ਕਿਧਰੇ ਪਖੰਡ ਤਾਂ ਨਹੀਂ ਰਚਿਆ ਹੋਇਆ। ਕਹਿੰਦੇ ਤੁਰਦਿਆਂ ਤੁਰਦਿਆਂ ਸੰਤ ਈਸ਼ਰ ਸਿੰਘ ਜੀ, ਨਿਰਮਲੇ ਮਹਾਂਪੁਰਖਾਂ ਦੇ ਵੱਡੇ ਮਹਾਂਪੁਰਖ, ਉਹ ਤੁਰਦੇ ਆ ਗਏ ਇਸ ਜੱਟ ਜ਼ਿਮੀਦਾਰ ਕੋਲ। ਅਤੇ ਜਦੋਂ ਪਹੁੰਚੇ ਨਾ, ਉਹਨੇ ਨਮਸਕਾਰ ਕੀਤੀ ਮਹਾਂਪੁਰਖਾਂ ਨੂੰ, ਕਹਿੰਦੇ ਮਹਾਂਪੁਰਖੋ ਜੀ ਆਇਆ। ਥੋੜ੍ਹੀ ਜਿਹੀ ਗੁਫ਼ਤਗੂ ਹੋਈ, ਮਹਾਂਪੁਰਖਾਂ ਨੇ ਪਛਾਣ ਲਿਆ ਬਈ ਇਹਦੀ ਅਵਸਥਾ ਕਿੱਥੇ ਤੱਕ ਹੈ, ਪਤਾ ਲੱਗ ਜਾਂਦਾ ਸਤਪੁਰਸ਼ਾਂ ਨੂੰ। ਜਦੋਂ ਪਤਾ ਲੱਗ ਗਿਆ ਇਹਦੀ ਅਵਸਥਾ ਕਿੱਥੇ, ਕਹਿੰਦੇ ਹੋਰ ਚੈੱਕ ਕਰੀਏ, ਅਤੇ ਕਹਿਣ ਲੱਗੇ, ਕਹਿੰਦੇ ਭਾਈ ਇਹ ਦਾਤ ਕਿੱਥੋਂ ਪ੍ਰਾਪਤ ਹੋਈ? ਕਹਿੰਦੇ ਜੀ ਆਪ ਜੀ ਵਰਗੇ ਕੋਈ ਮਹਾਂਪੁਰਖ ਰੰਗੇ ਆਏ ਸਨ, ਉਹਨਾਂ ਨੇ ਜਲ ਮੰਗਿਆ, ਮੇਰੇ ਅੰਦਰ ਸ਼ੁਭ ਵਿਚਾਰ ਆ ਗਈ, ਮੈਂ ਜਲ ਦੀ ਥਾਂ 'ਤੇ ਕੱਚੀ ਲੱਸੀ ਛਕਾ, ਮੇਰੀ ਰਸਨਾ ਤੋਂ ਨਿਕਲ ਗਿਆ ਮਹਾਂਪੁਰਖੋ, ਜੋ ਕੁਝ ਮੇਰੇ ਕੋਲ ਸੀ ਉਹ ਕੁਝ ਦਿੱਤਾ। ਅਤੇ ਕਹਿਣ ਲੱਗੇ ਜੋ ਕੁਝ ਤੇਰੇ ਕੋਲ ਸੀ ਤੂੰ ਉਹ ਕੁਝ ਦਿੱਤਾ,
ਹੁਣ ਜੋ ਕੁਛ ਸਾਡੇ ਕੋਲ ਹੈ ਉਹ ਅਸੀਂ ਤੈਨੂੰ ਦੇਵਾਂਗੇ। ਆਖੋ ਸਤਨਾਮ। ਕਹਿੰਦੇ ਪੰਜ ਵਾਰੀ ਕਹਿੰਦੇ ਵਾਹਿਗੁਰੂ ਜਪਾ ਕੇ ਮੈਨੂੰ ਤੁਰ ਗਏ ਤੇ ਕਹਿੰਦੇ ਬਸ ਨਾਮ ਕਿਆ ਜਪਾਇਆ, ਮੇਰੀ ਹੱਡੀ 'ਚ ਰਾਸ ਕਿਆ ਭਰੀ, ਕਹਿੰਦੇ ਬਸ ਉਹ ਰਾਸ ਹੁਣ ਵੱਧਦੀ ਜਾ ਰਹੀ ਆ। ਆਖੋ ਸਤਨਾਮ, ਵੱਧਦੀ ਜਾ। ਤੇ ਮਹਾਂਪੁਰਖਾਂ ਨੇ ਬਾਬਾ ਈਸ਼ਰ ਸਿੰਘ ਜੀ ਨੇ ਕਿਹਾ, ਕਹਿੰਦੇ ਗੁਰਮੁਖਾ ਹੁਣ ਤੂੰ ਪੁੱਗ ਚੁੱਕਾ ਹੈ, ਤੇਰੀ ਭਗਤੀ ਨੂੰ ਭਾਗ ਲੱਗ ਗਏ ਨੇ, ਗੁਰੂ ਨਾਨਕ ਨੂੰ ਤੂੰ ਪਾ ਲਿਆ, ਛੱਡ ਹੁਣ ਇਹ ਵਾਹਿਗੁਰੂ ਨੂੰ, ਛੱਡ ਵਾਹਿਗੁਰੂ ਨੂੰ, ਹੁਣ ਪ੍ਰਾਪਤੀ ਹੋ ਗਈ, ਹੁਣ ਕੀ ਜਪੀ ਜਾਣਾ, ਛੱਡ ਇਹਨੂੰ। ਜਦੋਂ ਇੰਨੀ ਗੱਲ ਕਹੀ ਛੱਡ, ਕਹਿੰਦੇ ਮਹਾਰਾਜ ਕਿਵੇਂ ਛੱਡ ਦਿਆਂ, ਓਏ ਹੁਣ ਤਾਂ ਇਹ ਨਹੀਂ ਪਤਾ ਲੱਗਦਾ ਜੀਓ ਚ ਪੀਓ ਹੈ ਕਿ ਪੀਓ ਚ ਜੀਓ ਹੈ। ਆਖੋ ਸਤਨਾਮ। ਹੁਣ ਤਾਂ ਇਹ ਨਹੀਂ ਪਤਾ ਲੱਗਦਾ ਕਿ ਪੀਓ ਦੇ ਵਿੱਚ ਜੀਓ ਵਸਦਾ ਹੈ ਕਿ ਜੀਓ ਵਿੱਚ ਪੀਓ ਵਸਦਾ ਹੈ, ਜਿੰਦ ਵਿੱਚ ਰੱਬ ਹੈ ਕਿ ਰੱਬ ਵਿੱਚ ਜਿੰਦ ਹੈ, ਪਤਾ ਹੀ ਨਹੀਂ ਲੱਗਦਾ। ਕਹਿੰਦੇ ਮਹਾਰਾਜ ਹੁਣ ਇੱਕ ਇੱਕ ਸਵਾਸ ਇਹ ਹੁਣ ਉਹਦਾ, ਹੁਣ ਇੱਕ ਇੱਕ ਸਵਾਸ ਉਹਦਾ। ਕਹਿੰਦੇ ਮਹਾਰਾਜ ਪ੍ਰਾਣ ਛੱਡ ਦਿਆਂਗਾ ਪਰ ਇਹ ਨਾਮ ਨਹੀਂ ਛੱਡ ਸਕਦਾ। ਆਖੋ ਸਤਨਾਮ। ਇਹ ਨਾਮ ਨਹੀਂ ਛੱਡ ਸਕਦਾ। ਤੇ ਬਾਬਾ ਈਸ਼ਰ ਸਿੰਘ ਜੀ ਨਿਰਮਲੇ ਮਹਾਂਪੁਰਖਾਂ ਦੇ ਉਹ ਕਹਿਣ ਲੱਗੇ, ਕਹਿੰਦੇ ਓਏ ਪਿਆਰਿਆ ਧੰਨ ਤੂੰ ਜਿਹਨੇ ਮਹਾਂਪੁਰਖਾਂ ਦੇ ਦਿੱਤੇ ਕਮਾਏ ਹੋਏ ਨਾਮ ਨੂੰ ਹੋਰ ਕਮਾਇਆ, ਧੰਨ ਉਹ ਮਹਾਂਪੁਰਖ ਜਿਹੜਾ ਤੈਨੂੰ ਇਸ ਪਾਸੇ ਲਾ ਗਿਆ। ਤੋ ਸਤਨਾਮ ਕਰ ਕਿਰਪਾ ਸੰਤ ਮਿਲੇ ਮੋਹੇ, ਕਰ ਕਿਰਪਾ ਸੰਤ ਮਿਲੇ। ਉਹ ਸਿੱਧਾ ਸਾਦਾ ਜ਼ਿਮੀਂਦਾਰ ਹਲ ਵਾਹਣ ਵਾਲਾ, ਉਹਨੂੰ ਕੀ ਨਾਮ ਦੇ ਨਾਲ ਲੈਣਾ ਕੀ ਦੇਣਾ, ਪਰ ਵੇਖ ਲਓ ਇੱਕ ਸੰਤ ਦਾ ਸੰਗ ਹੋਇਆ, ਘੜੇ ਹੋਏ ਜੀਵਨ ਵਾਲੇ ਦਾ ਸੰਗ ਹੋਇਆ, ਜਿਹੜਾ ਮਿਲਿਆ ਸੀ ਉਹਨੇ ਮਿਲਾ ਵੀ ਦਿੱਤਾ। ਕੋ ਸਤਨਾਮ। ਜਿਹਨੇ ਪਾਇਆ ਸੀ ਉਹਨੇ ਪ੍ਰਾਪਤੀਆਂ ਵੀ ਕਰਵਾ ਦਿੱਤੀਆਂ ਉਹ ਜੱਟ ਜ਼ਿਮੀਂਦਾਰ ਨੂੰ। ਆਖੋ ਸਤਨਾਮ। ਆਓ ਸਾਰੇ ਕਿਰਪਾ ਕਰਿਓ ਬੇਨਤੀ, ਸੱਚਿਆ ਪਾਤਸ਼ਾਹ ਸਾਨੂੰ ਵੀ ਰੰਗਿਆਂ ਦੀ ਸੰਗਤ ਦੇ ਵਿੱਚ ਰੱਖ ਤੇ ਉਹਨਾਂ ਦੇ ਰੰਗੇ ਹੋਏ ਬਚਨ ਅਸੀਂ ਵੀ ਕਮਾ ਸਕੀਏ।